ਸਾਡੇ ਬਜ਼ੁਰਗਾਂ ਦਾ ਇਹ ਹੁਕਮ ਹੈ, ਮੁਹੱਦਸੀਨ ਦਾ, ਤਾਬਈਨ ਤੋਂ ਬਾਅਦ ਸਾਰੇ ਬਜ਼ੁਰਗਾਂ ਦਾ, ਕਿ ਮਨ ਕਾਲਾ ਹੁਬੋ ਅਲੀਯਨ ਰਿਫਜ਼ੁਨ, ਕਿ ਉਹ ਬਦਬਖਤ ਸ਼ਖਸ ਜਿਹੜਾ ਕਵੇ ਕਿ ਅਲੀ ਦੀ ਮੁਹੱਬਤ ਰਿਫਜ਼ ਹੈ, ਫਹੁਵਾ ਖਾਰਜੀਯੁਨ ਵਕਾਫਿਰੁਨ, ਉਹ ਖਾਰਜੀ ਹੈ ਔਰ ਕਾਫਿਰ ਹੈ। ਕਿਉਂ? ਲਿਅੰਨਾ ਅੱਲਾਹ ਤਾਲਾ ਅਹਿੱਬਹੁ, ਕਿਉਂਕਿ ਅੱਲਾ ਵੀ ਨਬੀ ਨਾਲ ਮੁਹੱਬਤ, ਅਲੀ ਨਾਲ ਮੁਹੱਬਤ ਕਰਦਾ। ਵਾ ਅਹੱਬਹੁ ਰਸੂਲੋ ਵਾ ਸਹਾਬਤੋ ਵਲ ਮੁਮਿਨੂਨ ਅਜਮਾਉਨ, ਤੇ ਰਸੂਲ ਪਾਕ ਤੇ ਸਾਰੇ ਸਹਾਬਾ ਤੇ ਸਾਰੇ ਮੋਮਨ ਵੀ ਅਲੀ ਨਾਲ ਮੁਹੱਬਤ ਕਰਦੇ। ਅੱਲਾ ਵੀ ਮੁਹੱਬਤ ਕਰਦਾ ਅਲੀ ਦੇ ਨਾਲ, ਰਸੂਲ ਪਾਕ ਵੀ ਮੁਹੱਬਤ ਕਰਦੇ ਅਲੀ ਦੇ ਨਾਲ, ਸਿਆਬਾ ਵੀ ਮੁਹੱਬਤ ਕਰਦੇ ਅਲੀ ਦੇ ਨਾਲ, ਤੇ ਸਾਰੇ ਮੋਮਨ ਵੀ ਮੁਹੱਬਤ ਕਰਦੇ ਅਲੀ ਦੇ ਨਾਲ। ਤੇ ਫਿਰ ਜੇ ਕੋਈ ਆਖੇ ਕਿ ਅਲੀ ਦੀ ਮੁਹੱਬਤ ਰਿਫਜ਼ ਹੈ, ਜਿਵੇਂ ਅੱਜ ਕੱਲ੍ਹ ਇਹ ਬਣਾ ਲਿਆ ਇਹਨਾਂ ਨੇ ਕਿ ਉਹ ਜਿਹੜਾ ਵੀ ਅਲੀ ਪਾਕ ਦੀ ਮੁਹੱਬਤ ਦੀ ਬਾਤ ਕਰੇ, ਕਹਿੰਦੇ ਜੀ ਸਾਡੇ ਸੁਨੀਆਂ ਦੇ ਸਟੇਜ ਤੇ ਰਿਫਜ਼ ਆ ਗਿਆ। ਵੀ ਰਿਫਜ਼ ਦਾ ਮੈਨਾ ਕਿਹੜੇ ਜਹਲ ਕੌਣ ਹੈ ਜਿਹਨੂੰ ਨਹੀਂ ਆਉਂਦਾ? ਰਿਫਜ਼ ਤੇ ਉਹਨੂੰ ਆਖਦੇ ਨੇ ਕਿ ਅਗਰ ਸਾਡੇ ਸੁਨੀਆਂ ਦੇ ਸਟੇਜ ਤੇ ਨਾਊਜ਼ ਬਿੱਲਾ ਸਿਆਬਾ ਦੀ ਬੇਹੁਰਮਤੀ ਕੀਤੀ ਜਾਏ, ਸਿਆਬਾ ਦੀ ਸ਼ਾਨ 'ਚ ਗੁਸਤਾਖੀ ਕੀਤੀ ਜਾਏ, ਸਿਆਬਾ ਦੀ ਸ਼ਾਨ 'ਚ ਕੋਈ ਕਮੀ ਕੀਤੀ ਜਾਏ, ਸਿਆਬਾ ਇਕਰਾਮ ਨੂੰ ਨਾਊਜ਼ ਬਿੱਲਾ ਬੁਰਾ ਭਲਾ ਕਿਹਾ ਜਾਏ, ਇਹ ਤਾਂ ਰਿਫਜ਼ ਹੈ। ਪਤਾ ਹੈ ਹਾਲਾਂਕਿ ਉਹਨਾਂ ਨੂੰ ਫਤਵਾ ਲਾਉਣ ਵਾਲਿਆਂ ਨੂੰ, ਲੇਕਿਨ ਸਾਦਾ ਅਲੀ ਦੀ ਮੁਹੱਬਤ ਦੇ ਗੁਣ ਗਾਉਣ ਵਾਲਿਆਂ ਨੂੰ ਰਿਫਜ਼ ਆਖਣਾ, ਉਹਦੇ ਵਾਸਤੇ ਫਿਰ ਸਾਡਾ ਵੀ ਅੱਗੋਂ ਜਵਾਬ ਹੈ, ਅਲੀ ਵਾਲਿਆਂ ਦਾ ਜਵਾਬ ਹੈ। ਇਹ ਮੇਰਾ ਨਹੀਂ, ਤਮਾਮ ਸਾਡੇ ਜਿਤਨੇ ਵੀ ਅਸਲਾਫ ਮੁਹੱਦਸੀਨ ਬਜ਼ੁਰਗ ਗੁਜ਼ਰੇ, ਉਹਨਾਂ ਨੇ ਫਰਮਾਇਆ ਕਿ ਅਗਰ ਮਨ ਕਾਲਾ ਹੁਬੋ ਅਲੀਯਨ ਰਿਫਜ਼ੁਨ, ਜਿਹੜਾ ਕਵੇ ਕਿ ਅਲੀ ਦੀ ਮੁਹੱਬਤ ਵੀ ਰਿਫਜ਼ ਹੀ ਹੈ, ਤੇ ਫਿਰ ਉਹ ਖਾਰਜੀ ਵੀ ਆ ਔਰ ਕਾਫਰ ਵੀ ਆ, ਕਿਉਂਕਿ ਉਹਦਾ ਇਹ ਕੌਲ ਅੱਲਾ 'ਤੇ ਵੀ ਲੱਗੇਗਾ, ਇਹ ਰਸੂਲ ਪਾਕ 'ਤੇ ਵੀ ਲੱਗੇਗਾ, ਸਿਆਬਾ 'ਤੇ ਵੀ ਲੱਗੇਗਾ, ਅਤੇ ਸਾਰੇ ਮੋਮਨਾਂ 'ਤੇ ਵੀ। ਅਤੇ ਜਿਹੜਾ ਇੰਨੀਆਂ ਹਸਤੀਆਂ ਨੂੰ ਅੱਲਾ ਤੋਂ ਲੱਗ ਕੇ ਸਾਰੇ ਮੋਮਨਾਂ ਤੱਕ ਹੀ ਰਾਫਜ਼ੀ ਕਹਿਦਾ, ਤਾਂ ਮੁਸਲਮਾਨ ਕਿੱਥੋਂ ਦਾ ਰਹਿ ਗਿਆ? ਉਹ ਮੁਸਲਮਾਨ ਨਹੀਂ ਹੋ ਸਕਦਾ। ਇਸ ਵਜ੍ਹਾ ਤੋਂ ਬਰਾਦ ਇਸਲਾਮ, ਅਸੀਂ ਅਲੀ ਵਾਲੇ ਔਰ ਅਲੀ ਪਾਕ ਦੀ ਮੁਹੱਬਤ ਵਾਲੇ ਹਾਂ, ਸਿਆਬਾ ਦੀ ਬੇਅਦਬੀ ਵਾਲੇ ਨਹੀਂ, ਸਿਆਬਾ ਕਰਾਮ ਦੀ ਬੇਅਦਬੀ ਵਾਲੇ ਨਹੀਂ। ਇਹ ਗੱਲ ਯਾਦ ਰੱਖਣੀ। ਅੱਛਾ, ਇਹ ਜਿਹੜੀ ਆਇਆ ਕਰੀਮਾ ਇਹ ਪੜ੍ਹਨ ਮੈਂ ਲੱਗਾ, ਸੂਰਹ ਗਾਸ਼ੀਆ, ਇਸ ਦੇ ਅੰਦਰ ਅੱਲਾਹ ਤਾਲਾ ਨੇ ਫਰਮਾਇਆ ਆਮਿਲਾ ਤੁਲ ਨਾਸਿਬਾ, ਆਮਿਲਾ, ਕੁਛ ਲੋਕ ਬੜੇ ਮਿਹਨਤੀ, ਸਖਤ ਮੁਸ਼ਕਤ ਕਰਨ ਵਾਲੇ, ਨਾਸਿਬਾ, ਇੰਨੀ ਮਿਹਨਤ ਕਿ ਥੱਕ ਜਾਂਦੇ ਨੇ ਮਿਹਨਤ ਕਰ ਕਰਕੇ, ਆਮਿਲਾ, ਅਮਲ ਕਰਨ ਵਾਲੇ, ਨਾਸਿਬਾ, ਐਸੇ ਅਮਲ ਜਿਨ੍ਹਾਂ ਨੇ ਉਹਨੂੰ ਥਕਾ ਦਿੱਤਾ, ਯਾਨੀ ਬੜੇ ਮਿਹਨਤੀ ਨੇ, ਬੜੇ ਅਮਲ ਕਰਦੇ ਨੇ, ਬੜਾ ਅਮਲ ਹੈ ਉਹਨਾਂ ਦਾ, ਬੜੀ ਮੁਸ਼ਕਤ ਹੈ ਉਸ ਅਮਲ ਦੇ ਅੰਦਰ। ਅੱਲਾ ਨੇ ਫਰਮਾਇਆ ਲੇਕਿਨ ਉਹਦਾ ਨਤੀਜਾ ਕੀ ਹੈ? ਉਸ ਇਤਨੀ ਮੁਸ਼ਕਤ ਕਰਨ ਦੇ ਬਾਵਜੂਦ ਵੀ, ਇਤਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ, ਤਸਲਾ ਨਾਰਨ ਹਾਮੀਆ, ਧੁੱਖ ਦੀ ਅੱਗ ਦੇ ਵਿੱਚ ਉਹਨਾਂ ਨੂੰ ਸਿੱਟਿਆ ਜਾਏਗਾ, ਧੁੱਖ ਦੀ ਅੱਗ 'ਚ ਸਿੱਟਿਆ ਜਾਏਗਾ। ਤੁਸਕਾ ਮਿਨ ਆਈਨ ਨਾਨੀਆ, ਉਹਨਾਂ ਨੂੰ ਉੱਥੋਂ ਉੱਪਲਦਾ ਜਹੰਨਮ ਦਾ ਪਾਣੀ ਪਿਲਾਇਆ ਜਾਏਗਾ, ਜਹੰਨਮ ਦੀਆਂ ਚਸ਼ਮਿਆਂ 'ਚੋਂ। ਅੱਲਾਹ ਤਾਲਾ ਮਹਫੂਜ਼ ਫਰਮਾਇਆ ਲਈਸਾ ਲਹੁਮ ਤਾਮੁਨ ਇਲਾ ਮਿਨ ਦਰੀ, ਫਰਮਾਇਆ ਉਹਨਾਂ ਵਾਸਤੇ ਖਾਣਾ ਸਿਰਫ ਜਹੰਨਮ ਦੀਆਂ ਖਾਰਦਾਰ ਝਾੜੀਆਂ ਤੋਂ ਇਲਾਵਾ ਕੋਈ ਖਾਣਾ ਨਹੀਂ ਹੋਵੇਗਾ। ਲਾ ਯੁਸਮਿਨ ਵਲਾ ਯੁਗਨੀ ਮਿਨ ਜੂ, ਫਰਮਾਇਆ ਕਿ ਉਹ ਨਾ ਤਾਂ ਉਹਦੇ ਨਾਲ ਸਿਹਤਮੰਦ ਹੋ ਸਕਣਗੇ, ਨਾ ਉਹਦੇ ਨਾਲ ਉਹਨਾਂ ਦੀ ਭੁੱਖ ਦੂਰ ਹੋਵੇਗੀ। ਵਜੂ ਔਰ ਫਰਮਾਇਆ ਇਹ ਉਹ ਨੇ ਜਿਨ੍ਹਾਂ ਨੇ ਮਿਹਨਤ ਵੀ ਕੀਤੀ, ਮੁਸ਼ਕਤ ਵੀ ਕੀਤੀ, ਨਤੀਜਾ ਜਹੰਨਮ ਨਿਕਲਿਆ। ਨਤੀਜਾ ਕੀ ਨਿਕਲਿਆ? ਬਜ਼ੁਰਗ ਫਰਮਾਉਂਦੇ ਨੇ, ਸੂਫੀਆ ਫਰਮਾਉਂਦੇ ਨੇ, ਔਲੀਆ ਫਰਮਾਉਂਦੇ ਨੇ, ਇਸ ਇਹਨਾਂ ਆਇਆ ਕਰੀਮਾਂ ਦੀ ਸ਼ਰ੍ਹਾਂ ਦੇ ਅੰਦਰ ਇਹ ਤੁਸਾਂ ਦੋਸਤਾਂ ਨੇ ਯਾਦ ਰੱਖਣਾ ਕਿ ਇਸ ਮਿਹਨਤ ਤੋਂ ਮੁਰਾਦ ਉਹ ਕੰਮ ਹੈ ਜਿਹੜਾ ਆਲੇ ਬੈਤੇ ਤਿਹਾਰ ਦੀ ਦੁਸ਼ਮਣੀ 'ਚ ਕੀਤਾ ਜਾਏ। ਦਿਨ ਰਾਤ ਕਿਤਾਬਾਂ ਖੋਲੀਆਂ, ਦਿਨ ਰਾਤ ਕਿਤਾਬਾਂ ਖੋਲੀਆਂ, ਦਿਨ ਰਾਤ ਫਤਵੇ ਲੱਭੇ, ਦਿਨ ਰਾਤ ਅਬਾਰਤਾਂ ਲੱਭੀਆਂ, ਥੱਕ ਗਏ, ਨਜ਼ਰ ਕਮਜ਼ੋਰ ਹੋ ਗਈ, ਮੱਥਾ ਅਤੇ ਅੱਖਾਂ 'ਤੇ ਭਰਵੱਟੇ ਦੁਖਣ ਲੱਗ ਪਏ, ਮੌਰ ਖਿੱਚੇ ਗਏ ਮਿਹਨਤ ਕਰਦਿਆਂ ਕਰਦਿਆਂ ਕਿ ਮੈਂ ਕਿਸੇ ਤਰ੍ਹਾਂ ਇਹ ਗੱਲ ਲੱਭ ਲਵਾਂ ਕਿ ਅਲੀ ਖਾਨੇ ਕਾਵੇ 'ਚ ਨਹੀਂ ਸੀ ਪੈਦਾ ਹੋਇਆ। ਕਿਤਾਬਾਂ ਫੋਲ ਫੋਲ ਥੱਕ ਗਿਆ,
मैं किस तरह यह गल लभ लवा कि वह जड़े खाने काबे के बुत तोड़े सन अली ने नहीं सी तोड़े जिहड़ा अबू तालब का पुत्र है। मैं किस तरह गल लभ लवा शायद मैनू अली तो कोई उच्चा लभ जाए। इस कोशिश दे विच उन्हें किताबां फोड़ फोड़ दिन रात एक कर दिता भी यह भी कम है कि नहीं। एक कम तो है ना, मुशक्कत भी बड़ी है, किताबां महंगियां भी बड़ियां ने, अपना टाइम कढ़ना। अल्लाह ने फरमाया कर लिया जिन्ना मर्जी, जिन्ना मर्जी कर, नतीजा की निकलेगा। आमिलातुन नासिबा, ऐसा आमिल जड़ा थक गया काम कर करके। तस्ला नारन हमिया, तुखदी अग दे विच तैनू सिट देंगा। ते फिर अग्यों अली दी शान लभण वालियां वास्ते भी फरमाया, नबी दी आल औलाद दी शान वास्ते कम करन वालियां वास्ते भी फरमाया। जे कोई आखे लो जी ये नवी तफसीर कढ तरी, बई बात यह है कि तुसी मैनू आप दसो, अल्लाह ने फरमाया मेहनती ते मशक्कत करन वाले, बई मशक्कत वह भी है कि नहीं? ठीक है ना जी। तो सानू कोई पुछो कि किताबां फोलनियां किड़ियां औखियां। अज एक दिन एक मसला लभना सी, पांच बंदे रात ढाई बजे तक मेरे नाल खपदे रहे, सिर फड़ के बह गया भी ये मसले लभने किड्डा औखा काम है। बई मसले लभने सौखे तो नहीं ना, औखे तो है ने। ते सलाम है भी मेरा उन्हां आलमां नूं जिहड़े इन्नी पोल परचोल करके नबी दी आहले बैत और सहाबा दी अजमत दे मसले लभदे ने। और अलहमदुल्ला अल्लाह दे फजल ना साडा भी नाल ही दावा है कि अगर किसी ने हजरत सिद्दीक अकबर की गल करनी हो ना, ते फजल मौला अली दी निगाहे करम दा सदका मलंगा वर्गी कोई नहीं कर सकता, ते ना ही कोई उमरे फरूक सरकार दी शान च मलंगा वर्गी कोई गल कर सकता, ते ना ही हजरत उस्माने गनी दी शान च। क्यों? जिहड़ा अली दा मलंग नहीं ना, वह तो कंजूस हुंदा है ना, ते शान कंजूस बंदे दे वस दी गल ही नहीं। शान किसे दी आखना कंजूस बंदे दे वस दी गल नहीं, ठीक है ना जी। ते शाना भी अली खैरात पावे तो बंदा किसे दी बयान कर सकदा। अबू बकर पाक दी शान बयान करन वास्ते भी खैरात अली कोलों लड़ी पावे, क्योंकि वो हजरत अबू बकर दा तल्लक मेरे नबी दे नाल है ना, हजरत उमर का ताल्लुक मेरे नबी दे नाल है, हजरत उस्मान का ताल्लुक मेरे रसूल दे नाल है, ते अली रसूल कोल पहुंचण दा बूआ है। ठीक है ना। जिस रिसालत दे उस हाते दे अंदर अबू बकर उमर उस्मान दीगर सहाबा रिजवानुल्लाह ताला अलैहिम अजमाइन मौजूद ने, उस हाते दा बूआ ते अली है ना। किसी ने अबू बकर की शान नूं झाती पाउणी होवे, बुआ खुलेगा तो झाती पवेगी ना। क्यों जी? बुआ खुलेगा तो झाती पेगी ना। अबू बकर भी तो उस ही हाथे दे अंदर ने ना। इस वजह तो बरादर ने इस्लाम बात है कि खैर उन्हां वास्ते भी अली कोलों ही लड़नी पवेगी। ते ये ते वो हो गया ना कि जिन्होंने दिन रात मेहनत बड़ी की थी, तो जी असी मुनाजरा कर सकते हैं कि अली ने बुत नहीं तोड़े, असी मुनाजरा कर सकते हैं कि अली खाने का विच पैदा नहीं होया। अल्लाह ने फरमाया तुहानू खुशखबरी होवे, ताड़े थकण दी, ताड़ी मेहनत दी, ताड़ियां कोर्सां दी, ताड़ियां दरसियां निजामियां दी, ताड़े वड़े वड़े जो कुछ भी तुसी पढ़ चुके हो दी, तसला नारन हामिया, इन्नी ताड़ी इस मेहनत दा तुहानू मैं ये सिला दवांगा कि जहन्नम च सिट देंगा। ते जेड़ा करे इन्हां दी उस अजमत ते काम, वजूहुन यौमाइज़िन नाइमा, फरमाया के क्या बार रौनक चेहरे होणगे उन्हां मलंगां दे। अग्गे फरमाया ले सायहा राज़िया, इन्हां दी कोशिश हो है जिस अपनी कोशिश से क्यामत आले दिन खुश फिरनगे। कि या आ कोशिश करनी चाहिए है ना, अली पाक दी नौकरी दी, आले बैद दी नौकरी दी, ले साये हारा दे। आप साहब तुसी मेहनत करदे ना जी मलंग जेड़े ने अली पाक दी नौकरी दी, अल्लाह ने फरमाया तुहानू मुबारक होवे, क्यामत आले दिन राजी फिरोगे, राजी की फिरोगे, फी जन्नत नालिया, जन्नत च होवोगे, लोग रेड च नहीं,
अपग्रेड दे विच हाईएस्ट ताड़ा दर्जा हो आलिया ठीक है ना जी हायर क्लास दे विच ताड़ा उत्थे मौजूद होगा कमरा ताड़ी जन्नत जड़ी केड़ी क्लास दी हायर हायर फर्स्ट क्लास दी दे तो उत्ते कुछ नहीं आलिया बुलंद तर ये ताड़ी कोशिश है फिर अग्यों अल्लाह ने साडे दिल सड़े ने कदी आवाज आउंदी है जी अली पाक खाने खाने का विच नहीं पैदा हुए कदी आवाज आउंदी अली पाक दी आ भी शान तुसी कोलों ही बयान करी जांदे हो आ भी सानू पसंद नहीं अच्छा चलो साडा दिल तो सड़दा है ना गल्लां सुन के सड़दा है ना अल्लाह ने फरमाया सबर करके आयो ला तस्माउ फीहा ला गया इदां दे बकवास उत्थे नहीं होने तुसी सुनना ही नहीं इंज दियां फजूल गल्लां जन्नत च वो ते अली दा घर है ना वो ते अली दे पुत्रां दा घर है ना ला तस्माओ तुसी नहीं सुनोगे उत्थे फीहा जन्नत दे अंदर ला गया फजूल बातां केड़ियां बातां फीहा इनुन जारी आ उत्थे फिर चश्मे चलणगे सुरुरुम मरफुआ उच्चे तख्त विषय होणगे अकवाब मौदुआ सोने जामां दे विच जन्नत दे जनाब करीने दे नाल सागर ते जाम रखे होणगे व नमारे को मसफूफा ढोलाउली तकिए लगे होंगे अल्लाह ने फरमाया वज़ारा भी यो मबसूसा ए कलीन नहीं अल्लाह जिन्हां नूं कीमती कवे वह कलीन विषय होंगे ये सारियां उन्हां दियां ने जिहड़े ये कोशिश करते हैं कि आले बैत की अजमत की गल हो गई आले बैत की अजमत की गल हो गई ये उन्हां वास्ते अल्लाह ने यह पैकेज दिता है ते हुण तुसी पिछे पाड़ी लिया के बड़े बड़े मेहनती बंदे जहन्नम च जाने ने केड़े बंदे नाले कहिंदे जी मेहनती ते अल्लाह दा बेली हुंदा हदीसे पाक ने मेहनती की हुंदा मेहनत करन वाला के अल्लाह दा बेली हुंदा अल्लाह ने फरमाया मेहनत वह करन वाला जिहड़ा इन्हां दी शान वास्ते मेहनत करे तो जिहड़ा दिन रात कोई मेहनत करे कि किसी तरह मैनूं वह गल लभ जाए जे चों मैं लोकां नूं दसणा नहीं यार ये अली दी ते है ही नहीं एवें इन्हां ने कोलों ही बणाई है अल्लाह ने फरमाया इंज की मेहनत ही तो तेरे गल पैनी है कुरान पढ़ तो हजे भी बंदे का पुत्र बन जा मेहनत वह कर जिहड़ी मेहनत तू क्यामत वाले दिन खुश खुश तुरिया फिर तो ये मेहनत तेरे गल का सप बना देंगा जिहड़ा तैनूं लपेट के जहन्नम च लै जाएगा यह जिहड़ी मेहनत तू करी फिरदा इस वजह तो बरादर ने इस्लाम सा मैं तो शुक्र करता हूं कि अल्लाह ताला ने सानू औलिया की सोहबत अता फरमाई और ये जड़े कुराने पाक है ना और जेन दे विच रख लो ये कुरान आले बैत दे नाल है और आले बैत कुरान दे नाल ते कुरान जो है ही आले बैत दे नाल ते फिर समझ भी उन्हां कोलों ही आउणा कुरान है किहदे नाल आले बैत दे नाल ते समझ कित्थों आउणा उन्हां कोलों ही आउणा।